بسم اللہ الرحمن الرحیم سیدنا کریم صلی اللہ علیہ وسلم ਤੇ ਸੱਜਣੋ ਤੇ ਮਿੱਤਰੋ ਕੀ ਹਾਲ ਆ ਅੱਜ ਤੁਹਾਨੂੰ ਬੜੀ ਇੱਕ ਅਹਿਮ ਗੱਲ ਦੱਸਾਂਗਾ ਜਿਹੜੀ ਤਾਰੀਖੀ ਤੌਰ ਤੇ ਬੜੇ ਲੋਕ ਗਲਤ ਲੈਂਦੇ ਆ ਅੱਜ ਤੁਹਾਨੂੰ ਦੱਸਾਂਗਾ ਕਿ ਬਰਸਗੀਰ ਪਾਕੋ ਹਿੰਦ 'ਚ ਵਸਣ ਵਾਲੀਆਂ ਕੌਮਾਂ 'ਚ ਕੌਮ ਆ ਜੱਟ ਕੌਮ ਜੱਟ ਜਾਂ ਜਾਟ ਇਹ ਕੌਮ ਨਹੀਂ ਇਹ ਇਲਾਕਾਈ ਨਾਮ ਆ ਜੱਟ ਜਾਂ ਜਾਟ ਇਲਾਕਾਈ ਨਾਮ ਆ ਅਸਲ ਕੌਮ ਜਿਹੜੀ ਗੋਤਾਂ ਉਹਨਾਂ ਦੀਆਂ ਜਿੱਦਾਂ ਰੰਧਾਵੇ ਚੀਮੇ ਬਾਜਵੇ ਘੁੱਗ ਧੋਲ ਇਸ ਤਰ੍ਹਾਂ ਅੱਗੇ ਚੱਲਦੇ ਜਾਓ ਜਿਹੜੇ ਇਹ ਲੋਕ ਆ ਜਿਹੜੇ ਇੱਥੇ ਬਰਸਗੀਰ ਪਾਕੋ ਹਿੰਦ ਜੱਟ ਕਹਿਲਾਉਂਦੇ ਆ ਜਾਂ ਜਾਟ ਕਹਿਲਾਉਂਦੇ ਆ ਇਹਨਾਂ ਲੋਕਾਂ ਦਾ ਅਸਲ ਵਤਨ ਜਿਹੜਾ ਅਸਲ ਰੁਜਨ ਮਬਦਾ ਉਹ ਵਾਦੀਏ ਜਿਹੂਨ ਔਰ ਵਾਦੀਏ ਜਿਹੂਨ ਔਰ ਸਿਹੂਨ ਯਾਨੀ ਦਰਿਆਏ ਸਿਹੂਨ ਔਰ ਜਿਹੂਨ ਦੀ ਦਰਮਿਆਨੀ ਇਲਾਕਾ ਦਰਿਆ ਜਿਹੂਨ ਔਰ ਸਿਹੂਨ ਦਾ ਦਰਮਿਆਨੀ ਇਲਾਕਾ ਵਸਤ ਸ਼ਹੀ ਰਿਆਸਤਾਂ ਇਹਨਾਂ ਦਾ ਅਸਲ ਵਤਨ ਆ ਦਰਿਆ ਜਿਹੂਨ ਆ ਉਹ ਪਾਮੀਰ ਦੀ ਵਾਦੀ ਪਾਮੀਰ ਕਿੱਥੇ ਆ ਦਰਿਆ ਜਿਹੂਨ ਨੂੰ ਆਮੂ ਦਰਿਆ ਵੀ ਕਿਹਾ ਜਾਂਦਾ ਪਾਮੀਰ ਦੀ ਵਾਦੀਆਂ ਕਿੱਥੇ ਆ ਪਾਮੀਰ ਦੀ ਵਾਦੀ ਅਫਗਾਨਿਸਤਾਨ 'ਚ ਆ ਉਹ ਅਫਗਾਨਿਸਤਾਨ 'ਚੋਂ ਨਿਕਲਦਾ ਕਿਰਗਿਸਤਾਨ 'ਚ ਹੁੰਦਾ ਆ ਬਹਿਰੇ ਉਰਾਲ 'ਚ ਜਾ ਗਿਰਦਾ ਅਤੇ ਦਰਿਆ ਸਿਹੂਨ ਜਿਹੜਾ ਉਹ ਵੀ ਕਿਰਗਿਸਤਾਨ ਅਤੇ ਕਾਜ਼ਗਿਸਤਾਨ 'ਚੋਂ ਨਿਕਲਦਾ ਬਹਿਰੇ ਉਰਾਲ 'ਚ ਜਾ ਗਿਰਦਾ ਇਹਨਾਂ ਦੋਵਾਂ ਦੇ ਦਰਮਿਆਨ 'ਚ ਦਰਿਆ ਜਿਹੂਨ ਔਰ ਦਰਿਆ ਸਿਹੂਨ ਦੇ ਦਰਮਿਆਨ 'ਚ ਯਾਨੀ ਵਾਦੀਆ ਜਿਹੂਨ ਔਰ ਸਿਹੂਨ ਦੇ ਵਾਸੀ ਉਸ ਇਲਾਕੇ ਦੇ ਰਹਿਣ ਵਾਲੇ ਲੋਕ ਉਸ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ ਜਾਟ ਕਿਹਾ ਜਾਂਦਾ ਸੀ ਯਾਨੀ ਜੋਟੀ ਲਫਜ਼ ਜੋਟੀ ਤੋਂ ਤੁਰਿਆ ਸੀ ਜਿਹੂਨ ਤੋਂ ਜੋਟੀ ਔਰ ਮੋਟੀ ਜੋਟੀ ਦੇ ਲਫਜ਼ ਤੁਰਿਆ ਸੀ ਇਹ ਤੁਸੀਂ ਜਾ ਕੇ ਸਰਚ ਵੀ ਕਰ ਸਕਦੇ ਹੋ ਅਤੇ ਇਹ ਇਲਾਕਾ ਹੀ ਨਾਮ ਆ ਜਦੋਂ ਇੱਥੇ ਉੱਥੋਂ ਉੱਠ ਕੇ ਆਏ ਵਸਤ ਸ਼ਹੀ ਰਿਆਸਤਾਂ 'ਚੋਂ ਉੱਠ ਕੇ ਆਏ ਸਾਡੇ ਮਗਰਬ ਵਾਲੇ ਬੰਨੇ ਉੱਠ ਕੇ ਇੱਧਰ ਪਾਕਿਸਤਾਨ 'ਚ ਆਏ ਪਾਕਿਸਤਾਨ ਦਾਖਲ ਹੋਏ ਪਹਿਲੇ ਸਿੰਧ 'ਚ ਆਏ ਬਲੋਚਿਸਤਾਨ 'ਚ ਗਏ ਫਿਰ ਇੱਥੇ ਪੰਜਾਬ ਤੱਕ ਆਏ ਫਿਰ ਅੱਗੇ ਮਸ਼ਰਕ ਹਿੰਦੁਸਤਾਨ ਤੱਕ ਚਲੇ ਗਏ ਇਹਨਾਂ ਨੂੰ ਨਾਮ ਵਿਗੜਦਾ ਵਿਗੜਦਾ ਜੋਟੀ ਤੋਂ ਨਾਮ ਵਿਗੜਦਾ ਵਿਗੜਦਾ ਜਾਟ ਫਿਰ ਜੱਟ ਬਣ ਗਿਆ ਇਹਨਾਂ ਨੂੰ ਜਾਟ ਕਹਿਣ ਲੱਗ ਪਏ ਜੱਟ ਜਾਂ ਜਾਟ ਕੋਈ ਕੌਮ ਨਹੀਂ ਇੱਕ ਲਾਇਕਾ ਹੀ ਨਾਮ ਆ ਜਿੱਦਾਂ ਸਾਡੇ ਇੱਥੇ ਪੰਜਾਬ 'ਚ ਖੈਬਰ ਪਖਤੂਨਖਾ ਦੇ ਪਠਾਨ ਰਹਿੰਦੇ ਆ ਕੇ ਅਸੀਂ ਸਾਰਿਆਂ ਨੂੰ ਪਠਾਨ ਕਹਿੰਦੇ ਹਾਂ ਪਠਾਨ ਤਾਂ ਕਈ ਕਿਸਮ ਦੇ ਆ ਪਠਾਨ ਇੱਕ ਇਲਾਕਾ ਹੀ ਨਾਮ ਆ ਉਹਨਾਂ ਦੀ ਜ਼ਾਤ 'ਚ ਕਬਾਇਲੀ ਨਾਮ ਨਹੀਂ ਹੈਗਾ ਉਹਨਾਂ ਦੇ ਕਬੀਲੇ ਆ ਜਿਹ 'ਚ ਅਫਰੀਦੀ ਵੀ ਆ ਜਿਹ 'ਚ ਮਹਿਸੂਦ ਵੀ ਆ ਜਿਹ 'ਚ ਸੁਲੇਮਾਨ ਖੇਲ ਵੀ ਆ ਜਿਹ 'ਚ ਮੂਸਾ ਖੇਲ ਵੀ ਆ ਜਿਹ 'ਚ ਨਿਆਜ਼ੀ ਵੀ ਆ ਤੋ ਇਹ ਗੱਲ ਤੁਹਾਨੂੰ ਦੱਸਣ ਦਾ ਮਕਸਦ ਸੀ ਤਰੀਖ ਸਹੀ ਕਰਨ ਦਾ ਮਕਸਦ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਜੱਟ ਕੋਈ ਕੌਮ ਨਹੀਂ ਹੈਗੀ ਜੱਟ ਕੋਈ ਕੌਮ ਨਹੀਂ ਹੈਗੀ ਅਸਲ ਕੌਮ ਜਿਹੜੀ ਆ ਉਹਨਾਂ ਦੀ ਗੋਤਾਂ ਜੱਟ ਇੱਕ ਇਲਾਕਾ ਹੀ ਨਾਮ ਆ ਅਸਲ ਕੌਮ ਉਹਨਾਂ ਦੀਆਂ ਗੋਤਾਂ ਵਾ ਜਿੱਦਾਂ ਮਹਾਰ ਆ ਜਿੱਦਾਂ ਤੁਹਾਨੂੰ ਅੱਗੇ ਗੱਲ ਕੀਤੀ ਆ ਗੋਂਦਲ ਆ ਜਿਸ ਤਰ੍ਹਾਂ ਬੇਸ਼ੁਮਾਰ ਅੱਗੇ ਇਹਨਾਂ ਦੀਆਂ ਗੋਤਾਂ ਵਾ ਅਤੇ ਗਰੇਵਾਲ ਆ ਬੇਸ਼ੁਮਾਰ ਗੋਤਾਂ ਅਸਲ ਕੌਮ ਇਹ ਆ ਅਤੇ ਇਹ ਗੱਲ ਯਾਦ ਰੱਖੋ ਇਹ ਗੱਲ ਮੈਂ ਆਪਣੇ ਕੋਲ ਨਹੀਂ ਕੀਤੀ ਬੜੀ ਤਹਿਕੀਕ ਕਰਕੇ ਗੱਲ ਕੀਤੀ ਆ ਅਤੇ ਯਾ ਹਈਓ ਯਾ ਕਹੀਓ